शिव के दरवेश चैनल विच तुहाडा बहुत बहुत स्वागत है जी। आशा है तुसी सब ठीक होवोंगे। अज दी आपां इस वीडियो दे विच बहुत ही खास गल करांगे कि अलमस्त बापू लाल बादशाह जी दे दरबार ते कोई व्यक्ति गए ते उन्होंने चिट्ठी लिख के बापू जी नूं अपना दुख अपनियां तकलीफां दसियां ते बापू जी ने उन्हां दीआं जिहड़ियां दुख तकलीफां सी ओह मिंटां दे विच ही जिहड़ियां हल करतीआं। ਤਾਂ ਹੋ ਸਕਦਾ ਬਹੁਤ ਵੀਰਾਂ ਨੂੰ ਇਹ ਗੱਲ ਪਤਾ ਹੀ ਨਾ ਹੋਵੇ ਕਿ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਨੂੰ ਦਰਬਾਰ 'ਤੇ ਚਿੱਠੀ ਵੀ ਲਿਖੀ ਜਾਂਦੀ ਹੈ। ਤਾਂ ਸਮਾਂ ਨਾ ਖਰਾਬ ਕਰਦੇ ਹੋਏ ਸਿੱਧਾ ਵੀਡੀਓ ਵੱਲ ਚੱਲਦੇ ਹਾਂ ਜੀ। ਤਾਂ ਜਿਨ੍ਹਾਂ ਨੇ ਸਾਡੇ ਨਾਲ ਕਿੱਸਾ ਇਹ ਸ਼ੇਅਰ ਕੀਤਾ ਉਹਨਾਂ ਨੇ ਆਪਣਾ ਨਾਮ ਆਪਣਾ ਜਿਹੜਾ ਐਡਰੈਸ ਦੱਸਣ ਤੋਂ ਮਨ੍ਹਾ ਕੀਤਾ। ਉਹ ਕਹਿੰਦੇ ਸਾਡਾ ਐਡਰੈਸ ਅਤੇ ਨਾਮ ਨਾ ਸ਼ੇਅਰ ਕਰਿਓ। ਉਹਨਾਂ ਨੇ ਸਾਨੂੰ ਦੱਸਿਆ ਕਿ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਦਰਬਾਰ 'ਤੇ ਅਸੀਂ ਪਹਿਲੀ ਵਾਰ ਗਏ ਸੀ। ਫਸਟ ਟਾਈਮ ਨਕੋਦਰ ਦਰਬਾਰ 'ਤੇ ਤਾਂ ਕਹਿੰਦੇ ਇੱਕ ਦੋ ਵਾਰ ਜਾ ਆਏ ਸੀ, ਪਰ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਦਰਬਾਰ 'ਤੇ ਜਾਣ ਦਾ ਹੁਕਮ ਬਹੁਤ ਪਹਿਲੀ ਵਾਰ ਜਿਹੜਾ ਨਸੀਬ ਹੋਇਆ ਸੀ ਸਾਨੂੰ। ਅਤੇ ਅਸੀਂ ਕਹਿੰਦੇ ਪਹਿਲਾਂ ਬਾਪੂ ਜੀ ਦੇ ਦਰਬਾਰ 'ਤੇ ਗਏ, ਫਿਰ ਉੱਥੇ ਜਿਹੜੇ ਆਪਣੇ ਜੋੜੇ ਜਮ੍ਹਾਂ ਕਰਵਾਏ। ਜੋੜੇ ਜਮ੍ਹਾਂ ਕਰਵਾਉਣ ਤੋਂ ਬਾਅਦ ਬਾਪੂ ਜੀ ਨੂੰ ਆ ਕੇ ਸਲਾਮ ਕੀਤਾ, ਜੋ ਉਹਨਾਂ ਵਾਸਤੇ ਤਿਲ ਫੁੱਲ ਗਏ ਸੀ ਭੇਟ ਕੀਤਾ ਉਹਨਾਂ ਨੂੰ। ਅਤੇ ਬਾਅਦ ਦੇ ਵਿੱਚ ਬਾਪੂ ਜੀ ਨੂੰ ਸਲਾਮ ਕਰਨ ਤੋਂ ਬਾਅਦ ਪਿੱਛੋਂ ਦੀ ਹੋ ਕੇ ਬਾਪੂ ਜੀ ਦੇ ਆਰਾਮ ਘਰ 'ਚ, ਜਿੱਥੇ ਤੁਸੀਂ ਦੇਖਿਆ ਹੋਣਾ ਬਾਪੂ ਜੀ ਦਾ ਆਰਾਮ ਘਰ ਬਣਿਆ ਹੋਇਆ, ਉੱਥੇ ਗਏ। ਕਹਿੰਦੇ ਉੱਥੇ ਜਦੋਂ ਜਾ ਕੇ ਬਾਪੂ ਜੀ ਨੂੰ ਸਲਾਮ ਕੀਤੀ ਤਾਂ ਇੱਧਰਲੇ ਹੱਥ ਜਿੱਥੇ ਬਾਪੂ ਜੀ ਦੀ ਸਵਾਰੀ ਖੜ੍ਹੀ ਹੋਈ ਆ ਉਹਦੇ ਨਾਲ ਇੱਕ ਝੂਲਾ ਲੱਗਿਆ ਹੋਇਆ। ਉਹ ਝੂਲੇ 'ਤੇ ਬਾਪੂ ਜੀ ਦੀ ਤਸਵੀਰ ਪਈ ਆ, ਬਾਪੂ ਜੀ ਦਾ ਸਰੂਪ ਪਿਆ। ਤਾਂ ਕਹਿੰਦੇ ਉੱਥੇ ਲੋਕ ਆਪਣੀਆਂ ਚਿੱਠੀਆਂ ਰੱਖ ਰਹੇ ਸੀਗੇ, ਬਹੁਤ ਏਡੀਆਂ ਏਡੀਆਂ ਨਿੱਕੀਆਂ ਨਿੱਕੀਆਂ ਚਿੱਠੀਆਂ ਲਿਖ ਕੇ ਰੱਖ ਰਹੇ ਸੀ। ਤਾਂ ਅਸੀਂ ਕਹਿੰਦੇ ਉਹਨਾਂ ਨੂੰ ਪੁੱਛਣ ਲੱਗ ਗਏ ਵੀ ਇਹ ਚਿੱਠੀਆਂ ਕਿਉਂ ਰੱਖ ਰਹੇ ਹੋ? ਤਾਂ ਉਹ ਕਹਿਣ ਲੱਗ ਗਏ ਵੀ ਇਹ ਚਿੱਠੀਆਂ ਅਸੀਂ ਤਾਂ ਰੱਖ ਰਹੇ ਹਾਂ ਕਿ ਚਿੱਠੀ ਬਾਪੂ ਜੀ ਉਹਨਾਂ ਦੀ ਦਿਲ ਦੀ ਜਿਹੜੀ ਆਪਣਾ ਕਹਿ ਸਕਦੇ ਹਾਂ ਵੀ ਉਹਨਾਂ ਦੇ ਦਿਲ ਦੇ ਵਿੱਚ ਇਹ ਗੱਲ ਸੀ ਕਿ ਬਾਪੂ ਜੀ ਇਹ ਚਿੱਠੀ ਸੁਣਦੇ ਨੇ, ਬਾਪੂ ਜੀ ਚਿੱਠੀ ਨੂੰ, ਕਿਉਂਕਿ ਬਾਪੂ ਜੀ ਨੂੰ ਸੁਣਾਉਣ ਦਾ ਇੱਕ ਤਰੀਕਾ ਕਹਿੰਦੇ ਇਹ। ਤਾਂ ਉਹ ਕਹਿੰਦੇ ਫਿਰ ਅਸੀਂ ਵੀ ਆਪਣੀ ਚਿੱਠੀ ਦੇ ਵਿੱਚ ਉਹ ਕੰਮ ਲਿਖਿਆ, ਉਹ ਦੁੱਖ ਤਕਲੀਫ ਲਿਖੀ। ਅਤੇ ਫਿਰ ਕਹਿੰਦੇ ਬਾਪੂ ਜੀ ਦੇ ਜਿਹੜਾ ਉੱਥੇ ਜਿਹੜਾ ਝੂਲਾ ਹੈਗਾ ਉਹਦੇ ਅੱਗੇ ਰੱਖਤੀ, ਜਿੱਥੇ ਉਹ ਚਿੱਠੀਆਂ ਰੱਖਦੇ ਆ ਉੱਥੇ ਰੱਖਤੀਆਂ। ਕਹਿੰਦਾ ਜਦੋਂ ਅਸੀਂ ਚਿੱਠੀ ਰੱਖੀ ਤਾਂ ਬਾਪੂ ਜੀ ਨੂੰ ਸਲਾਮ ਕਰਨ ਤੋਂ ਬਾਅਦ ਕਹਿੰਦੇ ਆਰਾਮ ਘਰ ਦੇ ਵਿੱਚ ਬੈਠੇ, ਬੜੀ ਮਨ ਨੂੰ ਸ਼ਾਂਤੀ ਆਈ। ਤਾਂ ਕਹਿੰਦੇ ਘਰ ਵਾਪਸ ਆਏ ਤਾਂ ਕਹਿੰਦੇ ਜਿਹੜਾ ਕੰਮ ਅਸੀਂ ਲਿਖ ਕੇ ਆਏ ਸੀ ਬਾਪੂ ਜੀ ਨੂੰ ਉਹ ਕੰਮ ਵੀ ਹੋ ਗਿਆ, ਅਤੇ ਕਹਿੰਦੇ ਮਨ ਨੂੰ ਵੀ ਇੰਨੀ ਸ਼ਾਂਤੀ ਆਈ ਕਿ ਗੱਲਾਂ ਹੀ ਛੱਡ ਦਿਓ। ਪਹਿਲੀ ਵਾਰ ਬਾਪੂ ਜੀ ਦੇ ਦਰਬਾਰ 'ਤੇ ਗਏ ਸੀ ਅਤੇ ਬਾਪੂ ਜੀ ਨੇ ਬੜਾ ਕੁਛ ਦਿੱਤਾ ਸਾਨੂੰ। ਬਾਪੂ ਜੀ ਨੇ ਇੱਦਾਂ ਪਿਆਰ ਦੇ ਨਾਲ, ਮੈਨੂੰ ਤਾਂ ਲੱਗਿਆ ਵੀ ਬਾਪੂ ਜੀ ਸਾਡੇ ਨਾਲ ਨਾਲ ਹੀ ਨੇ, ਉਹਨਾਂ ਨੇ ਇਹ ਗੱਲ ਦੱਸੀ। ਤਾਂ ਤੁਸੀਂ ਵੀ ਕਦੇ ਬਾਪੂ ਜੀ ਦੇ ਦਰਬਾਰ 'ਤੇ ਜਾਓ ਅਤੇ ਬਾਪੂ ਜੀ ਨੂੰ ਚਿੱਠੀ ਜ਼ਰੂਰ ਪਾਇਓ। ਅਤੇ ਇੱਕ ਗੱਲ ਜ਼ਰੂਰ ਦੱਸਿਓ, ਤੁਹਾਨੂੰ ਦਾਤਾ ਜੀ ਦੇ ਕਿੱਸੇ ਸੁਣ ਕੇ ਜੇ ਤੁਹਾਡੇ ਮਨ ਦੇ ਵਿੱਚ ਕਿਤੇ ਨਾ ਕਿਤੇ ਖੁਸ਼ੀ ਹੁੰਦੀ ਹੈ, ਕਿਤੇ ਨਾ ਕਿਤੇ ਸਕੂਨ ਮਿਲਦਾ, ਤਾਂ ਕਮੈਂਟਾਂ ਦੇ ਵਿੱਚ ਅਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੀ ਜੈ ਹੋ, ਨਕੋਦਰ ਵਾਲੀ ਸਰਕਾਰ ਦੀ ਜੈ ਹੋ ਜ਼ਰੂਰ ਲਿਖਿਓ, ਤਾਂ ਜੋ ਸਾਨੂੰ ਵੀ ਪਤਾ ਲੱਗ ਜੇ ਕਿ ਦਾਤਾ ਜੀ ਦੇ ਨਾਲ ਕਿੱਥੋਂ ਕਿੱਥੋਂ ਲੋਕ, ਕਿੱਥੋਂ ਕਿੱਥੋਂ ਸਾਈਂ ਜੀ ਦੇ ਮੁਰੀਦ, ਕਿੱਥੋਂ ਕਿੱਥੋਂ ਬਾਪੂ ਜੀ ਦੇ ਮੁਰੀਦ ਜੁੜੇ ਹੋਏ ਆ। ਤਾਂ ਇਹ ਸੀ ਅੱਜ ਦੀ ਵੀਡੀਓ। ਤਾਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਤੁਹਾਡਾ ਆਪਣਾ ਚੈਨਲ ਸ਼ਿਵਕਾ ਦਰਵੇਸ਼ ਜ਼ਰੂਰ ਸਬਸਕ੍ਰਾਈਬ ਕਰਿਓ ਅਤੇ ਬੈਲ ਨੋਟੀਫਿਕੇਸ਼ਨ ਜ਼ਰੂਰ ਔਨ ਕਰਿਓ ਜੀ। ਹੋਰ ਵੀ ਕੋਈ ਵੀਰ ਸਾਡੇ ਨਾਲ ਕਿੱਸਾ ਸਾਂਝਾ ਕਰਨਾ ਚਾਹੁੰਦਾ ਤਾਂ ਸਾਨੂੰ ਇੰਸਟਾਗ੍ਰਾਮ ਦੇ ਉੱਪਰ ਮੈਸੇਜ ਕਰ ਸਕਦਾ ਜੀ। ਇੰਸਟਾਗ੍ਰਾਮ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੂੰਗਾ, ਤੁਸੀਂ ਉੱਥੇ ਜਾ ਕੇ ਮੈਸੇਜ ਕਰ ਸਕਦੇ ਹੋ। ਧੰਨਵਾਦ, ਬਹੁਤ ਬਹੁਤ ਧੰਨਵਾਦ।